ਸਤਿ ਸ਼੍ਰੀ ਅਕਾਲ ਜੀ ਐਗਰੋਨੈਸਟ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਜੀ। ਅੱਜ ਅਸੀਂ ਨਰਮੇ ਦੀ ਫਸਲ ਬਾਰੇ ਗੱਲ ਕਰਨ ਲੱਗੇ ਹਾਂ। ਨਰਮੇ ਦੇ ਵਿੱਚ ਚਿਤਕਬਰੀ ਸੁੰਡੀ ਜਾਂ ਸਪੋਟਡ ਬੋਲਵਮ ਆਪਣੀ ਫਸਲ ਨੂੰ ਕਾਫੀ ਹੱਦ ਤੱਕ ਨੁਕਸਾਨ ਪਹੁੰਚਾ ਸਕਦੀ ਅਤੇ ਇਹਦੇ ਕਿਵੇਂ ਪਛਾਣ ਕਰਨੀ ਹੈ। ਇਹ ਜਿਹੜਾ ਸੁੰਡੀ ਹੈ ਉਹ ਸ਼ੁਰੂਆਤੀ ਸਟੇਜ ਵਿੱਚ ਆਉਂਦੀ ਹੈ, ਜਦੋਂ ਫੁੱਲ ਬਣਨ ਹੀ ਲੱਗਦਾ ਹੈ ਤਾਂ ਉਹਦਾ ਜਿਹੜਾ ਤਣਾ ਹੈ ਉਹ ਸੁੱਕ ਜਾਂਦਾ ਹੈ ਅਤੇ ਮੁੜਨ ਲੱਗ ਜਾਂਦਾ ਹੈ ਅਤੇ ਥੋੜ੍ਹੇ ਟਾਈਮ ਬਾਅਦ ਦੇਖਦੇ ਹਾਂ ਕਿ ਉਹ ਥੱਲੇ ਡਿੱਗ ਗਿਆ ਹੈ ਅਤੇ ਇਹ ਨਵੇਂ ਟਿੰਡਿਆਂ 'ਤੇ ਵੀ ਅਟੈਕ ਕਰਦਾ ਹੈ, ਇਹਨਾਂ ਦੇ ਉੱਤੇ ਮੋਰੇ ਜੇ ਕਰ ਦਿੰਦਾ ਹੈ ਅਤੇ ਅੰਦਰੋਂ ਇਹਨੂੰ ਗਾਲ ਦਿੰਦਾ ਹੈ। ਅਤੇ ਇਹ ਜਿਹੜਾ ਹੈ ਫੁੱਲ ਦੇ ਥੱਲੇ ਜਿਹੜੀ ਛੱਤਰੀ ਜੀ ਹੁੰਦੀ ਹੈ ਉਹਦੇ 'ਤੇ ਵੀ ਅਟੈਕ ਕਰਦਾ ਹੈ ਅਤੇ ਉਹ ਜਿਹੜੀ ਛੱਤਰੀ ਹੈ ਉਹ ਜ਼ਿਆਦਾ ਖੁੱਲ੍ਹ ਜਾਂਦੀ ਹੈ ਅਤੇ ਉਹਨਾਂ ਦਾ ਰੰਗ ਉੱਡ ਜਾਂਦਾ ਹੈ ਅਤੇ ਜਿਹਦੇ ਕਰਕੇ ਜਿਹੜਾ ਅੰਦਰਲਾ ਟਿੰਡਾ ਹੈ ਉਹ ਬਣ ਨਹੀਂ ਪਾਉਂਦਾ। ਅਤੇ ਇਹਦੇ ਬਚਾਅ ਵਾਸਤੇ ਆਪਾਂ ਕੀ ਕਰਨਾ ਹੈ, ਇਹਦੇ ਬਚਾਅ ਵਾਸਤੇ ਇੰਡੋਕਸਾ ਕਾਰਬ 500 ml ਪਰ ਹੈਕਟੇਅਰ ਦੇ ਵਿੱਚ ਸਪਰੇਅ ਕਰਨੀ ਹੈ। ਜੇ ਤੁਹਾਡੀ ਕੋਈ ਹੋਰ ਕੁਐਰੀ ਜਾਂ ਫਸਲਾਂ ਸੰਬੰਧਿਤ ਪ੍ਰੋਬਲਮ ਹੋਵੇ ਤਾਂ ਸਾਡੀ ਐਗਰੋਨੈਸਟ ਐਪਲੀਕੇਸ਼ਨ 'ਤੇ ਪੋਸਟ ਕਰੋ, ਸਾਡੀ ਟੀਮ ਤੁਹਾਨੂੰ ਉਹਦਾ ਹੱਲ ਦੱਸੂਗੀ। ਇਹੋ ਜਿਹੀ ਹੋਰ ਵੀਡੀਓਜ਼ ਲਈ ਸਾਡੇ ਐਗਰੋਨੈਸਟ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਜੀ।